ਕਰੋ ਵਾਲੀ ਦੀ ਹਮਦ। ਇਸ ਪਾਰੋਂ ਫਿਰ ਅੱਲਾਹ ਨੇ ਆਪਣੇ ਵਾਅਦੇ ਦੇ ਮੁਤਾਬਕ ਇਹ ਬੁਸਰ ਦੇ ਬਾਰੇ ਮੈਂ ਇਮਾਮ ਸ਼ੌਕਾਨੀ ਦਾ ਪੜ੍ਹ ਲਿਆ, ਇਹੋ ਕਿਤਾਬ ਹਰ ਵੇਲੇ ਫਤਵੇ ਦਿੰਦੇ ਆ, ਹੁਣ ਮੁਕਰ ਵੀ ਜਾਂਦੇ ਹਾਂ, ਅਸੀਂ ਨਹੀਂ ਇਮਾਮ ਸ਼ੌਕਾਨੀ ਨੂੰ ਜਾਣਦੇ। ਤਾਂ ਇਹੋ ਤਾਂ ਤੁਹਾਨੂੰ ਕਰਾਉਣਾ, ਤੁਹਾਨੂੰ ਮਨਵਾ ਕੇ ਛੱਡਣਾ ਵੀ ਤੁਹਾਡਾ ਬਾਪ ਕੋਈ ਨਹੀਂ, ਤੁਹਾਨੂੰ ਸਾਰੇ ਉਰਮਾ ਤੋਂ ਫਿਰਨਾ ਪੈਣਾ, ਵਰਨਾ ਮੰਨਣਾ ਪੈਣਾ ਵਿੱਚ ਮੌਲੀ ਸਾਹਿਬ ਚੀਖ ਰਿਹਾ ਠੀਕ ਮੰਨ ਜਾ ਇਹਨੂੰ, ਵਰਨਾ ਕਿਤਾਬਾਂ ਸਾਰੀਆਂ ਛੁੱਟ ਜਾਣੀਆਂ, ਤੁਹਾਡੇ ਕੋਲ ਰਹਿਣੀ ਕੋਈ ਨਹੀਂ। ਐ ਇਮਾਮ ਸ਼ੌਕਾਨੀ ਨਹਿਰੁਲ ਅਵਤਾਰ ਸੱਤਵੀਂ ਜਿਲਦ, ਇਮਾਮ ਇਸੇ ਦੇ ਬਾਰੇ ਫਰਮਾਉਂਦਾ। ਆਹ ਬੁਸਰ ਜਿਹਨੇ ਬੱਚੇ ਕਤਲ ਕੀਤੇ, ਮੁਸਲਮਾਨ ਲੜਕੀਆਂ ਦੀ ਬੈ ਕੀਤੀ, ਯਮਨ 'ਚ ਲੋਕਾਂ ਨੂੰ ਕਤਲ ਕੀਤਾ, ਮੱਕੇ ਮਦੀਨੇ ਫਰਮਾਉਂਦੇ, ਇਹਦੇ 'ਤੇ ਇਮਾਮ ਫਰਮਾਉਂਦੇ ਵਕਾ ਦਫਾ ਅਲਾ ਫਿਰ ਇਸਲਾਮ, ਆਹ 145 ਸਫਾ ਵਕਾ ਦਫਾ ਅਲਾ ਫਿਰ ਇਸਲਾਮ ਅਫਾਈਲ ਲਾ ਤਸਦੁਰ ਅਮਨ ਫੀ ਕਲਬੀ ਮਿਸਕਾਲ ਹੱਬਤ ਮਨ ਇਮਾਨ, ਆਉਂਦੇ ਰਾਈ ਦੇ ਦਾਣੇ ਬਰਾਬਰ ਵੀ ਕਿਸੇ 'ਚ ਇਮਾਨ ਹੋਵੇ ਉਹ ਕੰਮ ਨਹੀਂ ਕਰ ਸਕਦਾ ਜਿਹੜੇ ਇਸ ਬੰਦੇ ਨੇ ਸਲਾਮਤ ਕੀਤੀ। ਇਹ ਬੁਸਰ ਨੇ ਜੋ ਕੁਝ ਕੀਤਾ, ਬੱਚੇ ਕਤਲ ਔਰ ਆਬਾਦੀਆਂ ਦਾ ਕਤਲ ਕਰਨਾ ਔਰ ਬੱਚੀਆਂ ਦੀਆਂ ਬਿਆਨ ਮੁਸਲਮਾਨਾਂ ਦੀਆਂ, ਫਰਮਾਉਂਦੇ ਰਾਈ ਇਮਾਨ ਵੀ ਹੋਵੇ ਨਾ ਉਹ ਵੀ ਇਹ ਬੰਦਾ ਨਹੀਂ ਕਰ ਸਕਦਾ ਜਿਹੜੇ ਇਸ ਕਰ ਛੱਡੇ। ਐਰ ਹਦੀਸ ਇਮਾਮ ਕਾਜ਼ੀ ਅਲ ਕਜ਼ਾਦ ਕਤਲ ਦੇ ਨਾਲ ਫਰਮਾਉਂਦੇ ਵਲਾ ਯਰਤਾਬ ਅਨਲ ਮੁਨਸਿਫ ਅਨ ਰਜੁਲ ਲੈਸਾ ਬਹਿਲ ਰਿਹਾ, ਕਿ ਕੋਈ ਮੁਨਸਿਫ ਆਦਮੀ ਇਹਦੇ ਸ਼ੱਕ ਨਹੀਂ ਕਰ ਸਕਦਾ ਵੀ ਇਸ ਕਾਬਲ ਹੀ ਨਹੀਂ ਕਿ ਵੀ ਕੋਈ ਹਦੀਸ ਲਈ ਦੇ, ਇਹਨੇ ਜੋ ਚੰਦ ਚੜ੍ਹਾਇਆ ਉਹਦੇ ਬਾਅਦ ਹੈਗਾ ਇਸ ਕਾਬਲ। ਔਰ ਨਾਲ ਫਿਰ ਮੌਂਦ ਫਸਬੂਤ ਉਸੇ ਸੋਹਬਤ ਹੀ ਲਾ ਯਰਫੁਲ ਕਦਾਨ ਵਾਲਾ ਮਾਹੌਲ ਮਜ਼ਹਬ ਰਾਜੇ ਬਰਵਜ ਮਾ ਲਾ ਯਕਸਰਫੀ ਆਲ ਇਲਮ, ਇਹ ਨਚੋੜ ਆ ਮੇਰੀਆਂ ਸਾਰੀਆਂ ਤਕਰੀਰਾਂ ਕਿ ਸਾਰੇ ਅਹਿਲ ਇਲਮ ਦਾ ਇਤਫਾਕ ਆ ਰਹੇ ਦੀ ਕੋਈ ਇਖਤਲਾਫ ਨਹੀਂ ਕਿ ਸਹਾਬੀ 'ਤੇ ਇਤਰਾਜ਼ ਕਰਨਾ ਔਰ ਉੱਤੇ ਨੁਕਤਾਚੀਨੀ ਕਰਨੀ ਬਿਲਕੁਲ ਜੀ ਨਾ, ਕੋਈ ਉਹਨੂੰ ਤਹਫਜ਼ ਹਾਸਲ ਨਹੀਂ ਕਿ ਉਹਨੂੰ ਕੁਛ ਨਾ ਕਹੋ, ਅਗਰ ਉਹਨੇ ਬੁਰੇ ਕੰਮ ਕੀਤੇ ਤਾਂ ਉਹਨੂੰ ਇੱਥੋਂ ਪੜ੍ਹ ਸਕਦੀ ਕਿ ਸਹਾਬੀ ਰਸੂਲ ਹੋ ਕੇ ਕਰ। ਇਹ 145 ਸਫਾ ਇਹ ਸਿਰਫ ਆਪਣੇ ਜੁਰਮ 'ਚ ਪਾਉਣ ਲਈ ਇੱਕ ਬਹਾਨਾ, ਹੋ ਕੁਛ ਨਾ ਆਖੋ ਸਾਬੀਆ ਰਸੂਲ, ਕਿਉਂ ਸਾਬੀਆ ਰਸੂਲ ਦੀ ਦੋਹਰੀ ਜ਼ਿੰਮੇਦਾਰੀ ਹੈ ਕਿ ਤੂੰ ਨਬੀ ਕੋ ਰਿਹਾ ਔਰ ਫਿਰ ਇਹ ਕੰਮ ਕਰਨਾ, ਮੇਰੇ ਤੁਹਾਡੇ ਨਾਲ ਜ਼ਿਆਦਾ ਕਸੂਰਵਾਰ ਆ ਕਿ ਅਸੀਂ ਤਾਂ ਬਾਅਦ ਜੰਮੇ ਹਾਂ, ਇਹਨੂੰ ਫਿਰ ਵੀ ਹਜ਼ਾ ਨਹੀਂ ਆ। ਤਦ ਫਰਮਾਇਆ ਕਿ ਇਹਦੇ ਦਿਲ 'ਚ ਰਾਹੀ ਇਮਾਨ ਵੀ ਹੋਵੇ ਨਾ ਉਹ ਵੀ ਬੰਦਾ ਕੰਮ ਨਹੀਂ ਕਰ ਸਕਦਾ ਜਿਹੜੇ ਇਸ ਬੁਸਰ ਨੇ ਕੀਤੇ। ਤਾਂ ਹਜ਼ਰ ਚੜੀ